ਇਸ ਬੈਗ ਮੇਂ ਬੌਮ ਹੈ। ਇਹ ਮੈਨੂੰ ਨਹੀਂ ਸ਼ੱਕ ਹੋਇਆ ਸੀ। ਇਹ ਸ਼ੱਕ ਹੋਇਆ ਸੀ 에ਅਰਲਾਈਨ ਨੂੰ ਵੀ ਇਸ ਬੈਗ ਦੇ ਵਿੱਚ ਬੌਮ ਹੈ। ਤਾਂ ਕਰਕੇ ਇਹਨਾਂ ਨੇ ਸਟਿੱਕਰ ਲਾ ਦਿੱਤਾ RFID। ਇਹਦੇ ਮਤਲਬ ਇਹਦਾ ਮਤਲਬ ਕੀ ਹੁੰਦਾ? RFID ਇਹ ਉਹ ਚੀਜ਼ ਹੁੰਦੀ ਹੈ ਜਿਵੇਂ ਆਪਕੇ ਬੈਗ ਦੇ ਅੰਦਰ ਨਾ ਇਨਫੈਕਟਡ ਕੋਈ ਚੀਜ਼ ਆਤੀ ਹੈ। ਜਦੋਂ ਆਪ 에ਅਰਲਾਈਨ ਮੇਂ ਟ੍ਰੈਵਲ ਕਰਤੇ ਹੋ, ਤੋਂ ਆਪਕੋ ਬੋਲਤੇ ਹੈ ਕਿ ਆਪਕੇ ਬੈਗ ਮੇਂ ਚਾਕੂ, ਛੂਰੀ, ਬੌਮ, ਕੋਈ ਲਾਈਟਰ ਜਾਂ ਬੈਟਰੀ ਨਾ ਹੋ। ਤੋ ਅਗਰ ਆਪਕੇ ਬੈਗ ਅੰਦਰ ਕੋਈ ਸਸਪੈਕਟ ਚੀਜ਼ ਮਿਲਦੀ ਹੈ ਤੋ ਉਸਕੇ ਉਪਰ ਸਟicker ਲਗਾਉਂਦੇ ਹਨ ਔਰ ਆਪਕਾ ਬੈਗ ਬਾਹਰ ਕੱਢਦੇ ਹਨ ਔਰ ਉਹ ਬਿਨਾ ਪੁੱਛੇ ਆਪਸੇ ਆਪਕਾ ਬੈਗ ਖੋਲ ਸਕਤੀ ਹੈ ਚੈੱਕ ਕਰ ਸਕਤੀ ਹੈ ਤੋ ਇਹ ਜੋ ਬੈਗ ਹਮਾਰਾ ਚੱਕੋਆ ਥਾ ਇਸ ਬੇਸ ਤੇ ਹੋਤਾ ਦੋਸਤੋ ਇਹ ਦੇਖੋ ਰਪਿਤ ਇਹ ਦੇਖੋ ਇਹਦੇ ਤੇ ਲਿਖਿਆ ਇਹ 에ਰਲਾਈਨ ਦਾ ਨਾਮ ਚਾਈਨਾ ਸਾਊਥਰਨ ਠੀਕ ਆ ਉਹਨਾਂ ਨੇ ਬਿਨਾ ਮਾਲਾ ਤੁਸੀਂ ਇੱਕ ਵਾਰੀ ਬੈਲਟ ਤੇ ਬੈਗ ਜਮਾ ਕਰਾ ਦੇਣਾ ਸਾਨੂੰ ਐ ਲੱਗਦਾ ਇਹਨੂੰ ਕੋਈ ਕਿਸੇ ਨੇ ਚੈੱਕ ਕਰਨਾ ਜਿਹਨਾਂ ਨੂੰ ਲੱਗਦਾ ਤੇ ਇੱਕ ਵਾਰੀ ਸਟicker ਲਾ ਕੇ ਆਰਐਫਆਈਡੀ ਮਤਲਬ ਕਿ ਸਾਨੂੰ ਸ਼ੱਕ ਆ ਵੀ ਖਤਰਾ ਹੋ ਸਕਦਾ ਹੈ ਹਨਾ ਪੂਰੇ ਆਪਾਂ ਕੇ ਟਰਮੀਨਲ ਨੂੰ ਤਾਂ ਉਦੋਂ ਬਾਅਦ ਉਹ ਤੁਹਾਡੀ ਬਿਨਾ ਪਰਮਿਸ਼ਨ ਤੋਂ ਇਹ ਸਟicker ਲਾ ਕੇ ਆ ਸਾਰੀਆਂ ਚੀਜ਼ਾਂ ਚੈੱਕ ਕਰਕੇ ਰੱਖ ਦਿੰਦੇ ਆ ਤੇ ਇਹਦੇ ਚ ਆ ਕੋਡ ਹੁੰਦਾ ਵੀ ਕਿਹੜੇ ਕਿਹੜੇ ਬੰਦਿਆਂ ਨੇ ਉਹ ਚੈੱਕ ਕੀਤਾ ਠੀਕ ਹੈ ਤੇ ਮੰਨ ਲਾ ਹੁਣ ਇੰਡੀਆ ਤੋਂ ਚੱਲਿਆ ਸੀ ਆਉਣਾ ਸੀ ਕੋਰਗਾ ਪਰ ਇਹ ਚਾਈਨਾ ਦੇ ਵਿੱਚ ਇਹ ਬੈਗ ਚੈੱਕ ਹੋ ਗਿਆ ਬਿਲਕੁਲ ਚਾਈਨਾ ਵਿੱਚ ਬੈਗ ਚੱਕੂਆ ਜਿਸ ਨੇ ਚੱਕਰਾ ਉਸ ਦਾ ਨਾਮ ਵੀ ਕਹਾਂ ਚੱਕੂਆ ਕਿਉਂ ਚੱਕਰਾਉ ਵੀ ਮੇਰੇ ਬੈਗ ਦੇ ਅੰਦਰ ਹੌਟਪੈਕ تھا ਕੋਰੀਅਨ उसके अंदर भी ज्वलनशील पदार्थ लगता था उनको जब मैंने खोला रेड कलर का आया मेरा बैग चेक करा खोला खोल के बैग के अंदर पर्ची पैकेजिंग करा के मेरे को दे दिया और वो